11 ਵਜੇ ਮਾਧੋਪੁਰ ਪਠਾਨਕੋਟ ਮਮੂਨ ਡਿਫੈਂਸ ਰੋਡ ਟੀ ਪੁਆਇੰਟ ਦੇ ਉੱਪਰ ਸੰਕਲਪ ਕੁਮਾਰ ਵਾਸੀ ਜੁਗਿਆਲ ਆਪਣੇ ਸਕੂਟਰ PV06B4401 'ਤੇ ਸਵਾਰ ਹੋ ਕੇ ਆ ਰਿਹਾ ਸੀ। ਜਦੋਂ ਡਿਫੈਂਸ ਰੋਡ ਦੇ ਕੋਲ ਪੁੱਜਾ ਤਾਂ ਇੱਕ ਬੱਸ ਵਾਲਵੋ ਹਿਮਾਚਲ ਟਰਾਂਸਪੋਰਟ ਦੀ ਜੋ ਪਠਾਨਕੋਟ ਜੋ ਸ਼ਿਮਲਾ ਜਾ ਰਹੀ ਸੀ ਉਸ ਦੇ ਨਾਲ ਅਚਾਨਕ ਐਕਸੀਡੈਂਟ ਹੋ ਗਿਆ। ਡਰਾਈਵਰ ਸਕੂਟਰ ਸਵਾਰ ਨੂੰ ਬਚਾਉਂਦੇ ਬਚਾਉਂਦੇ ਉਸਨੇ ਆਪਣੇ ਬੱਸ ਨੂੰ ਡਾਈਵਰਟ ਕੀਤਾ, ਜੋ ਭੋਪੁਰ ਸਾਈਡ ਤੋਂ ਇੱਕ ਹੋਰ ਟਰੱਕ ਆ ਰਿਹਾ ਸੀ ਉਹਦੇ ਵਿੱਚ ਜਾ ਕੇ ਵੱਜਿਆ। ਇਸ ਟੱਕਰ ਦੇ ਨਾਲ, ਇਸ ਭਿਅੰਕਰ ਟੱਕਰ ਦੇ ਵਿੱਚ 13 ਸਵਾਰੀਆਂ ਜ਼ਖਮੀ ਹੋਈਆਂ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹੋਸਪਿਟਲ ਪਠਾਨਕੋਟ ਦਾਖਲ ਕਰਵਾ ਦਿੱਤਾ ਅਤੇ ਸੰਕਲਪ ਕੁਮਾਰ ਦੀ ਮੌਕਾ 'ਤੇ ਹੀ ਮੌਤ ਹੋ ਗਈ। ਕਾਰਵਾਈ ਵਗੈਰਾ ਕੀ ਕਰ ਰਹੇ? ਕਾਰਵਾਈ ਜਾਂਚ ਜਾਰੀ ਹੈ। ਕੱਲ੍ਹ ਸੰਕਲਪ ਕੁਮਾਰ ਦੇ ਵਾਰਸਾਂ ਦੇ ਨਾਲ ਮਿਲ ਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। क्या बात, कैसे एक्सीडेंट हुआ है? अच्छा जी, सर्विस रोड से स्कूटी वाला निकला, उसको बचाने के चक्कर में हमारी गाड़ी जो है ट्रक के साथ लग गई है जी। कईयों को गंभीर चोटें आई हुई है, यहाँ में इलाज चल रहा है। वैसे ये कईयों के एक्सरे होने हैं सवेरे, इस तरह से ट्रीटमेंट दे रहे हैं कईयों को भी। कहाँ से कहाँ जा रहे थे आप? हम जी हम कटड़ा से शिमला जा रहे थे। ਤਕਰੀਬਨ 15-20 ਮਰੀਜ਼ ਆਏ ਨੇ, 15+ ਹੀ, ਜਿਨ੍ਹਾਂ ਵਿੱਚੋਂ 2-3 ਦੀ ਹਾਲਤ ਗੰਭੀਰ ਹੈ, ਬਣੀ ਹੋਈ, ਬਾਕੀ ਵੀ ਅਜੇ ਅੰਡਰ ਓਬਜ਼ਰਵੇਸ਼ਨ ਨੇ। ਸਾਰੇ ਮਰੀਜ਼ ਦਾਖਲ ਕਰ ਲਿੱਤੇ ਔਰ ਇਲਾਜ ਚੱਲ ਰਿਹਾ। ਕੋਈ ਰੈਫਰ ਵਗੈਰਾ ਕੋਈ ਕੀਤਾ? ਰੈਫਰ ਅਜੇ ਤਾਂ ਅੰਡਰ ਓਬਜ਼ਰਵੇਸ਼ਨ ਰੱਖ ਕੇ ਇਨਵੈਸਟੀਗੇਸ਼ਨ ਵਗੈਰਾ ਚੱਲਦੀ ਹੈ, ਜੇ ਲੋੜ ਪਈ ਤਾਂ ਸ਼ਾਇਦ ਵਿੱਚੋਂ ਰੈਫਰ ਵੀ ਕੀਤੇ ਜਾਣਗੇ। ਸਰ ਕੀ ਗੱਡੀ ਫਾਸਟ ਸੀ ਜਾਂ ਕਿਸ ਤਰ੍ਹਾਂ ਕੀ ਹੈਗਾ? ਦੇਖੋ ਇਹਦੇ ਅਜੇ ਨਹੀਂ ਕਿਹਾ ਜਾ ਸਕਦਾ, ਪਰ ਜੋ ਮਰੀਜ਼ਾਂ ਦੇ ਹਾਲਾਤ ਦੇਖ ਕੇ ਲੱਗ ਰਿਹਾ ਕਿ ਜੇ ਜ਼ਿਆਦਾ ਓਵਰ ਸਪੀਡ ਹੁੰਦੀ ਗੱਡੀ ਤਾਂ ਹਾਲਾਤ ਕੁਛ ਹੋਰ ਹੀ ਹੋ ਸਕਦੇ ਸੀਗੇ।